ਪੰਜਾਬ ਦੇ ਨੌਜਵਾਨ ਬਾਹਰ ਜਾਣ ਦੇ ਚਾਹਵਾਨ ਨੇ ਤੇ ਅਜੀਹਾਏ ਅਜੀਏ ਵਿੱਚ ਜਿਹੜਾ ਉਹ ਕਈ ਵਾਰ ਗਲਤ ਏਜੰਡਾ ਦੇ ਹੱਥ ਵੀ ਚੜ ਜਾਂਦੇ ਨੇ ਦੱਸਦੀ ਹੈ ਕਿ ਜਿਸ ਦੇ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਕਈ ਵਾਰ ਸੁਨਨ ਦੇ ਵਿੱਚ ਮਿਲਦਾ ਹੈ ਕਿ ਮਹਿਲਾਵਾਂ ਨੂੰ ਅੱਗੇ ਵੇਚ ਵੀ ਦਿੱਤਾ ਜਾਂਦਾ ਹੈ ਅਜੀਹਾਏ ਅਜੀਹੀ ਇੱਕ ਘਟਨਾ ਮੋਗਾ ਦੇ ਰਹਿਣ ਵਾਲੀ ਇੱਕ ਮਹਿਲਾ ਦੇ ਨਾਲ ਵਾਪਰੀ ਹੈ ਜਿਸ ਨੂੰ ਜਿਹੜਾ ਵਰਕ ਪਰਮਿਟ ਤੇ ਭੇਜਣ ਦਾ ਵਾਅਦਾ ਕਰਕੇ ਟੂਰਿਸਟ ਵੀਜ਼ਾ ਤੇ ਮਕਸਦ ਦੇ ਨਾਲ ਜਿਹੜਾ ਭੇਜ ਦਿੱਤਾ ਗਿਆ ਸੀ ਤੇ ਮਸਕਟ ਭੇਜਣ ਤੋਂ ਬਾਅਦ ਉਸ ਨੂੰ ਜਿਹੜਾ ਸ਼ੇਖਾ ਦੇ ਕੋਲ 3 ਲੱਖ ਰੁਪਏ ਦੇ ਵਿੱਚ ਵੇਚ ਦਿੱਤਾ ਗਿਆ ਤੇ ਹੁਣ ਮਹਿਲਾ ਭਾਰਤ ਵਾਪਸ ਆ ਚੁੱਕੀ ਹੈ ਤੇ ਮੀਡੀਆ ਅੱਗੇ ਆਪਣੀ ਹੱਟ ਬੀਤੀ ਉਸਨੇ ਸੁਣਾਈ ਹੈ ਤੇ ਸਰਕਾਰ ਦੇ ਦੋਸ਼ੀਆਂ ਖਿਲਾਫ ਵੀ ਸਖਤ ਕਾਰਵਾਈ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਉੱਥੇ ਹੀ ਮਹਿਲਾ ਦੇ ਪਤੀ ਦੇ ਵੱਲੋਂ ਵੀ ਪੰਜਾਬੀਆਂ ਨੂੰ ਬਾਹਰ ਨਾ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ਟੂਰਿਸਟ ਵੀਜ਼ਾ ਤੇ ਬਾਹਰ ਇੱਕ ਕੁੜੀ ਨੂੰ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਕੁੜੀ ਨੂੰ ਜਿਹੜਾ ਅੱਗੇ 3 ਲੱਖ ਰੁਪਏ ਦੇ ਵਿੱਚ ਸ਼ੇਖਾ ਨੂੰ ਵੇਚ ਦਿੱਤਾ ਗਿਆ ਸੀ ਤੇ ਕੁੜੀ ਹੁਣ ਵਾਪਸ ਭਾਰਤ ਪਰਤ ਚੁੱਕੀ ਹੈ ਤੇ ਕੁੜੀ ਦੇ ਪਤੀ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਪੰਜਾਬੀਆਂ ਨੂੰ ਜਿਹੜੀ ਅਪੀਲ ਕੀਤੀ ਗਈ ਹੈ ਕਿ ਉਹ ਬਾਹਰ ਨਾ ਜਾ ਕੇ